12 साल हो गए ने उहदे विआह नूं, ते उहनूं जदों तों ही विआही सीगी उदों तों ही उहनूं दाज लई परेशान किया जाता सी, कुटिया मारिया जाता सीगा। कई बार पंचायतां होईआं उहदे विच राजीनामा करके फिर चलो अपने बच्चिआं दे वास्ते फिर चले जाती सी, अपने घर चल जाती सीगी। करोना जिहड़ा साडा है BSF च फौज की नौकरी करता है, सानू कल फोन ही आया सीगा कि कुड़ी ने दवाई खा ली है, पर असी नहीं इस गल नूं मानते कि कुड़ी दवाई खा देगी। ਜਦੋਂ ਇੱਕ ਲੜਕੀ ਵਿਆਹ ਤੋਂ ਬਾਅਦ ਸਹੁਰੇ ਘਰ ਜਾਂਦੀ ਹੈ ਤਾਂ ਕੁੜੀ ਦੇ ਘਰ ਦੇ ਬਹੁਤ ਖੁਸ਼ ਹੁੰਦੇ ਨੇ ਵੀ ਸਾਡੀ ਕੁੜੀ ਦਾ ਘਰ ਵਸ ਗਿਆ, ਪਰ ਜਦੋਂ ਉਹੀ ਕੁੜੀ ਨਾਲ ਕੁਝ ਗਲਤ ਹੋ ਜਾਵੇ ਤਾਂ ਉਸ ਤੋਂ ਬਾਅਦ ਕੁੜੀ ਦੇ ਮਾਪਿਆਂ ਤੇ ਕੀ ਬੀਤਦੀ ਹੋਵੇਗੀ, ਇਹ ਤਾਂ ਉਹੀ ਮਾਪੇ ਦੱਸ ਸਕਦੇ ਨੇ ਜਿਨ੍ਹਾਂ ਨਾਲ ਇਹ ਭਾਣਾ ਵਾਪਰਿਆ ਹੋਵੇ। ਅਜਿਹਾ ਹੀ ਮਾਮਲਾ ਦਸੂਹਾ ਦੇ ਪਿੰਡ ਬੰਗਾਲੀਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਇੱਕ ਮਹਿਲਾ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਵਾਲੀ ਮਹਿਲਾ ਦਾ ਨਾਮ ਸੰਦੀਪ ਕੌਰ ਹੈ, ਜਿਸ ਦਾ 12 ਸਾਲ ਪਹਿਲਾਂ ਮਨਜੀਤ ਸਿੰਘ ਦੇ ਨਾਲ ਵਿਆਹ ਹੋਇਆ ਸੀ ਜੋ ਫੌਜ 'ਚ ਨੌਕਰੀ ਕਰਦਾ ਹੈ। ਮ੍ਰਿਤਕ ਸੰਦੀਪ ਕੌਰ ਦੇ ਭਰਾ ਨੇ ਉਸ ਦੀ ਮੌਤ ਪਿੱਛੇ ਸਹੁਰੇ ਪਰਿਵਾਰ ਦਾ ਹੱਥ ਦੱਸਿਆ। ਉਹਨਾਂ ਦਾ ਕਹਿਣਾ ਕਿ ਸੰਦੀਪ ਦੇ ਸਹੁਰੇ ਉਸ ਨੂੰ ਦਾਜ ਲਈ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਸੀ। ਕੀ ਨਾਮ ਤੁਹਾਡਾ? ਮੇਰਾ ਨਾਮ ਬਰੀਤ ਸਿੰਘ ਹੈ। ਸੰਦੀਪ ਕੌਰ ਕੀ ਲੱਗਦੇ ਸੀ? ਮੈਂ ਬ੍ਰਦਰ ਲੱਗਦੇ। ਕੀ ਹੋ ਗਿਆ ਤੁਹਾਡੀ ਸਿਸਟਰ ਨਾਲ ਜਿਹੜਾ ਵਾਪਿਆ ਹੋਇਆ? ਸਿਸਟਰ ਸਰ ਇੱਦਾਂ ਦੇਖੋ 12-13 ਸਾਲ ਹੋ ਗਏ ਸੀਗੇ ਮੈਰਿਜ ਹੋਏ ਨੂੰ, ਉਦੋਂ ਤੋਂ ਹੀ ਮਤਲਬ ਜੇ ਕਲੇਸ਼ ਚੱਲਦਾ ਆ ਰਿਹਾ ਸੀਗਾ। ਹਜੇ ਕਿ ਵਿਆਹ ਦੇ ਵਿੱਚ ਵੀ ਚਲੋ ਸਾਡੇ ਵੱਲੋਂ ਮਤਲਬ ਹਰ ਤਰ੍ਹਾਂ ਦੀ ਡਿਮਾਂਡ ਜਿੱਦਾਂ ਵੀ ਸੋਨਾ ਤੱਕ ਵੀ ਪਾਇਆ ਗਿਆ ਹੈ ਨਾ, ਚਲੋ ਜੋ ਦਾਜ ਸੀਗਾ ਥੋੜ੍ਹਾ ਜਿਹਾ ਦੇਣ ਵਿੱਚ ਡਿਲੇ ਹੋਈ, ਪਰ ਉਹਦੇ ਮੈਟਰ ਨੂੰ ਲੈ ਕੇ ਇਹਨਾਂ ਨੇ ਕਾਫੀ ਵਾਰੀ ਝਗੜਾ ਕੀਤਾ, ਤੂੰ ਦਿੱਤਾ ਕੁਛ ਨਹੀਂ, ਇਹ ਨਹੀਂ ਦਿੱਤਾ, ਉਹ ਨਹੀਂ ਦਿੱਤਾ, ਹੈ ਨਾ। ਅਤੇ ਇਸ ਮਾਮਲੇ ਵਿੱਚ ਕਾਫੀ ਵਾਰੀ ਕਦੀ ਅਸੀਂ ਉੱਥੇ ਬੰਦੇ ਲੈ ਕੇ ਜਾਣੇ ਜਾਂ ਕਦੀ ਪਿੰਡ ਪੰਚਾਇਤ ਵਿੱਚ, ਹੈ ਨਾ, ਇੱਥੇ ਥਾਣੇ 'ਚ ਵੀ ਕਰੀ ਜਾ ਚੁੱਕੇ ਹਾਂ ਦਸੂਹੇ ਵਿੱਚ 5-6 ਸਾਲ ਪਹਿਲਾਂ। ਅਤੇ ਉਹੀ ਚੀਜ਼ਾਂ ਸੀਗੀਆਂ, ਚਲੋ ਮੰਨਦੇ ਹਾਂ ਕਿ ਚਲੋ ਮਾਤਾ ਦਾ ਸੁਭਾਅ ਉੱਦਾਂ ਦਾ ਸੀਗਾ, ਪਰ ਘਰ ਵਾਲਾ ਸੀਗਾ ਉਹ ਵੀ ਮਤਲਬ ਪੱਖ ਉਹਦਾ ਲੈਂਦਾ ਲਗਭਗ ਲਗਭਗ। ਅਤੇ ਇਸ ਕਰਕੇ ਦੋਸ਼ੀ ਦੇਖੋ ਉਹਨਾਂ ਦੀ ਜੋ ਸਿਸਟਰ ਉਹ ਵੀ ਹੈਗੀ ਹੈ, ਜੇ ਉਹ ਜੋਬ 'ਤੇ ਚਲੇ ਜਾਂਦੇ ਸੀਗੇ ਸਮਝੋ ਕਿ ਉਹ ਮੁੜ ਕੇ ਉਹਨਾਂ ਦਾ ਕੰਮ ਮੁੜ ਕੇ ਉਹ ਕਰਦੀ ਸੀਗੀ ਸਾਰਾ ਹਰਾਸਮੈਂਟ ਦੇ ਵਿੱਚ। ਜਿਹਦੇ ਦੁੱਖ ਨਾਲ ਬਿਲਕੁਲ 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 ਜੀ, ਪਹਿਲਾਂ ਤਾਂ ਕਾਲ ਮਟੋਲੀ ਕੀਤੀ ਗਈ, ਕਦੀ ਉਹ ਲੜਕੀ ਹੈ ਨਹੀਂ ਜੀ, ਉਹੀ ਰਾਈਟਿੰਗ ਕਰੂਗੀ, ਜਾਂ ਉਹ ਕਹਿ ਰਹੇ ਸੀਗੇ ਕਿ ਤੁਸੀਂ ਮੁੰਡੇ ਦਾ ਨਾਮ ਵਿੱਚ ਨਾਲ ਉਹ ਬੱਚੇ ਰੋਈ ਲੈਣਗੇ, ਹੈ ਨਾ। ਤੁਸੀਂ ਸਵੇਰੇ ਆਇਓ ਅਤੇ ਮੇਰੇ ਇੱਥੇ ਬਹੁਤ ਹੀ ਅੱਛੇ ਭਾਅ ਜੀ ਹੈਗੇ, ਸ਼ਾਹੀ ਭਾਅ ਜੀ ਹੋਣੇ। ਅਤੇ ਬ੍ਰਦਰ ਤੁਸੀਂ ਦੱਸੋ ਕੀ ਹੋਇਆ, ਜਿਹੜਾ ਕਿ ਤੁਹਾਨੂੰ ਲੱਗਦਾ ਸੀ ਕਿ ਤੁਹਾਡੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ? ਬਹੁਤ ਜੀ ਬਹੁਤ ਸਰ। ਦੇਖੋ ਮੰਗ ਤੁਹਾਨੂੰ ਇਹੀ ਹੈ ਕਿ ਜੋ ਇਹਨਾਂ ਨੇ ਕੀਤਾ ਉਹਦੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਵਾ, ਵੱਧ ਤੋਂ ਸਜ਼ਾ ਦਿੱਤੀ ਜਾਵੇ, ਅਤੇ ਜੋ ਵੀ ਕਾਨੂੰਨ, ਮੈਨੂੰ ਲੱਗਦਾ ਕਿ ਕਾਨੂੰਨ ਇਨਸਾਫ਼ ਕਰੂਗਾ, ਸਾਨੂੰ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਚਾਹੀਦਾ। ਇਹ ਜੀ ਮੇਰੀ ਨਨਾਣ ਹੈ, 10-12 ਸਾਲ ਹੋ ਗਏ ਨੇ ਉਹਦੇ ਵਿਆਹ ਨੂੰ, ਅਤੇ ਉਹਨੂੰ ਜਦੋਂ ਤੋਂ ਹੀ ਵਿਆਹੀ ਸੀਗੀ ਉਦੋਂ ਤੋਂ ਹੀ ਉਹਨੂੰ ਦਾਜ ਲਈ ਪਰੇਸ਼ਾਨ ਕੀਤਾ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀਗਾ, ਔਰ ਉਹਨੂੰ ਵੱਖ ਵੱਖ ਡਿਮਾਂਡ ਕੀਤੀਆਂ ਜਾਂਦੀਆਂ ਸੀ। ਕਈ ਵਾਰੀ ਕੁੱਟ ਮਾਰ ਕੇ ਉਹਨੂੰ ਪੇਕੇ ਘਰ ਵੀ ਭੇਜਿਆ ਗਿਆ, ਅਤੇ ਕਈ ਵਾਰੀ ਪੰਚਾਇਤਾਂ ਹੋਈਆਂ ਉਹਦੇ ਵਿੱਚ ਰਾਜੀਨਾਮਾ ਕਰਕੇ ਫਿਰ ਚਲੋ ਆਪਣੇ ਬੱਚਿਆਂ ਦੇ ਵਾਸਤੇ ਫਿਰ ਚਲੇ ਜਾਂਦੀ ਸੀ, ਆਪਣੇ ਘਰ ਚਲ ਜਾਂਦੀ ਸੀਗੀ। ਕੀ ਨਾਮ ਸੀ ਨਨਾਣ ਦਾ ਤੁਹਾਡੀ? ਸੰਦੀਪ ਕੌਰ। ਅਤੇ ਕਿੰਨੇ ਸਾਲ ਪਹਿਲਾਂ ਵਿਆਹੀ ਸੀ, ਕਿੱਥੇ ਵਿਆਹੀ ਗਈ ਸੀ? ਇਹਨਾਂ ਦਾ ਵਿਆਹ 2010 ਦੇ ਵਿੱਚ ਹੋਇਆ ਸੀ ਅਤੇ ਬੰਗਾਲੀਪੁਰ ਹੋਇਆ, 12 ਸਾਲ ਹੋ ਗਏ ਨੇ। ਹਾਂਜੀ, ਔਰ ਪ੍ਰਾਹੁਣਾ ਜਿਹੜਾ ਸਾਡਾ ਹੈ ਉਹ BSF 'ਚ ਫੌਜ ਦੀ ਨੌਕਰੀ ਕਰਦਾ ਹੈ, ਇਹਨਾਂ ਪੈਸੇ ਹੋਣ ਦੇ ਬਾਵਜੂਦ ਵੀ ਉਹ ਫਿਰ ਵੀ ਲਾਲਚੀ ਸੀਗੇ, ਵੱਖ ਵੱਖ ਡਿਮਾਂਡ ਕਰਦੇ ਸੀ ਪੈਸਿਆਂ ਦੀ, ਕਦੀ ਦਾਜ ਦੀ। ਆਪਾਂ ਵਿਆਹ ਦੇ ਵਿੱਚ ਜਿੰਨੀ ਕਿ ਆਪਣੀ ਹੈਸੀਅਤ ਦੇ ਮੁਤਾਬਿਕ ਅਸੀਂ ਵਿਆਹ ਵੀ ਕੀਤਾ ਚੰਗਾ, ਪਰ ਫਿਰ ਵੀ ਵੱਖ ਵੱਖ ਇਹਨਾਂ ਦੀਆਂ ਡਿਮਾਂਡਸ ਰਹੀਆਂ, ਔਰ ਕਈ ਵਾਰੀ ਕੁੱਟਮਾਰ ਵੀ ਇਹਦੀ ਕੀਤੀ ਗਈ ਹੈ। ਹੁਣ ਤੁਹਾਨੂੰ ਕਿੱਦਾਂ ਪਤਾ ਲੱਗਾ? ਹੁਣ ਸਾਨੂੰ ਕੱਲ੍ਹ ਫੋਨ ਹੀ ਆਇਆ ਸੀਗਾ ਕਿ ਕੁੜੀ ਨੇ ਦਵਾਈ ਖਾ ਲਈ ਹੈ, ਪਰ ਅਸੀਂ ਨਹੀਂ ਇਸ ਗੱਲ ਨੂੰ ਮੰਨਦੇ ਕਿ ਕੁੜੀ ਦਵਾਈ ਖਾ ਦੇਗੀ। ਉਦੋਂ ਤੰਗ ਪਰੇਸ਼ਾਨ ਕੀਤਾ ਗਿਆ, ਉਹਨੂੰ ਕੁੱਟਿਆ ਮਾਰਿਆ ਗਿਆ ਵਾ, ਅਤੇ ਇਸ ਲਈ ਅਸੀਂ ਨਹੀਂ ਮੰਨਦੇ ਕਿ ਉਹਨੇ ਦਵਾਈ ਖਾਧੀ ਹੈ। ਕੀ ਮੰਗ ਕਰਦੇ ਹੋ? ਮੰਗ ਇਹੀ ਕਰਦੇ ਹਾਂ ਇਨਸਾਫ਼, ਜਿਨ੍ਹਾਂ ਨੇ ਇਹਨਾਂ ਨਾਲ ਇੱਦਾਂ ਕੀਤਾ ਵਾ, ਇਹਦੇ ਸੱਸ ਆ, ਪ੍ਰਾਹੁਣਾ ਹੈ, ਔਰ ਇਹਦੀ ਇੱਕ ਨਨਾਣ ਆ, ਅਸੀਂ ਬਸ ਇਹਨਾਂ ਨੂੰ ਇਨਸਾਫ਼ ਚਾਹੁੰਦੇ, ਇਹਨਾਂ ਨੂੰ ਵੱਧ ਤੋਂ ਵੱਧ ਜਿੰਨੀ ਸਜ਼ਾ ਹੋਣੀ ਚਾਹੀਦੀ ਹੋਵੇ ਉਹ ਹੋਣੀ। ਜੀ ਸੰਦੀਪ ਕੌਰ ਸਾਡੀ ਲੱਗਦੀ ਸੀ। ਹਾਂਜੀ, ਕੀ ਹੋਇਆ, ਕੀ ਮਾਮਲਾ ਇੱਥੇ? ਜਦੋਂ ਇਹ ਸ਼ੁਰੂ ਤੋਂ ਹੀ ਭਾਅ ਜੀ ਜਦੋਂ ਦੀ ਇਹਦੀ ਮੈਰਿਜ ਆ, ਲੜਾਈ ਝਗੜਾ ਕੁੱਟਮਾਰ ਕਰਦੇ ਸੀਗੇ ਵੀ ਜਦੋਂ ਕਿਤੇ ਪਿੰਡ ਆ ਜਾਣੀ ਕੁੜੀ ਨੂੰ ਕੁੱਟਮਾਰ ਕੇ ਘੱਲ ਦੇਣੀ, ਪਿੰਡ ਦੀ ਪੰਚਾਇਤ ਬਹਿ ਕੇ ਫੈਸਲਾ ਕਰਕੇ ਅਸੀਂ ਫਿਰ ਤੋਰ ਦਿੰਦੇ ਸੀਗੇ। ਫਿਰ ਇਹਨਾਂ ਨੇ ਦਾਜ ਦੀਆਂ ਮੰਗਾਂ ਕਰਨੀਆਂ, ਕਦੀ ਕੁਛ ਕਰਨਾ। ਸੱਸ ਇਹਦੀ ਜ਼ਿਆਦਾ ਕੁੱਟਦੀ ਮਾਰਦੀ ਸੀਗੀ, ਨਨਾਣ ਇਹਦੀ ਸੀਗੀ ਲਖਵਿੰਦਰ ਕੌਰ, ਗੜਦੀਵਾਲ ਵਿਆਹੀ ਹੈ। ਹਾਂਜੀ, ਕਿੰਨੇ ਸਮੇਂ ਤੋਂ ਪਰੇਸ਼ਾਨ ਕਰ ਰਹੇ ਸੀ? ਇਹ ਸ਼ੁਰੂ ਤੋਂ ਹੀ ਕਰਨ ਦੇ ਆ ਜੀ, ਜੂੰ ਇਹ ਵਿਆਹੀ ਹੈ ਨਾ,
फौज 'ਚ ਮੁੰਡਾ ਸਰਵਿਸ ਕਰਦਾ ਪਹਿਲਾਂ ਨਾਲ ਲੈ ਗਿਆ ਸੀ ਉਦੋਂ ਥੋੜ੍ਹੇ ਚਿਰ ਸਹੀ ਰਹੀ ਉਦੋਂ ਕੁੜੀ ਸਹੀ ਰਹੀ ਮੁੜ ਕੇ ਜਦੋਂ ਫੇਰ ਆ ਗਿਆ ਘਰ ਛੱਡ ਕੇ ਲੈ ਗਿਆ ਫੇਰ ਕੁੱਟਮਾਰ ਇਹਨਾਂ ਨੇ ਸ਼ੁਰੂ ਕਰ ਦਿੱਤੀ ਪਹਿਲਾਂ ਵੀ ਕਦੀ ਇਦਾਂ ਦੇ ਮਾਮਲੇ ਹੋਏ ਸੀ ਪੰਚਾਇਤਾਂ ਵਿੱਚ ਰਾਜ਼ੀਨਾਮੇ ਕਰਵਾਏ ਗਏ ਹਾਂਜੀ ਰਾਜ਼ੀਨਾਮਾ ਕਰਵਾਏ ਗਏ ਫਿਰ ਪਿੰਡ ਦੀ ਪੰਚਾਇਤ ਬਹਿ ਜਾਣੀ ਤਾਂ ਉਹਨਾਂ ਨੇ ਕਹਿਣਾ ਚਲੋ ਕੁੜੀ ਤੋਰ ਦਿਉ ਕੁੜੀ ਕਹਿੰਦੀ ਸੀ ਮੇਰੇ ਬੱਚੇ ਆ ਦੋ ਮੈਂ ਚਲੋ ਜਾਣਾ ਹੀ ਜਾਣਾ ਅਸੀਂ ਫਿਰ ਮੰਨ ਜਾਣਾ ਕਹਿਣਾ ਚਲੋ ਵੀ ਪੰਚਾਇਤ ਨੇ ਕਿਹਾ ਕਿਸੇ ਦਾ ਕਹਿਣਾ ਵੀ ਮੰਨਣਾ ਪੈਂਦਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹੋਈ ਹੁੰਦੀ ਨਹੀਂ ਹੁਣ ਤਾਂ ਹੋ ਗਈ ਤੁਸੀਂ ਆਪ ਕਰਾਈ ਜਾਣਗੇ ਹਾਂਜੀ ਆਪ ਕਰਾਈ ਪਹਿਲਾਂ ਸਾਡੇ ਪੁਲਿਸ ਵਾਲੇ ਕੋਈ ਸੁਣਾਈ ਨਹੀਂ ਸੀ ਕਰਦੇ ਸਾਨੂੰ ਉੱਦਾਂ ਹੀ ਬਾਹਰ ਕੱਢੀ ਜਾਂਦੇ ਸੀ ਫਿਰ ਜਦੋਂ ਅਸੀਂ ਇਕੱਠੇ ਬੰਦੇ ਸਾਡੀਆਂ 8-10 ਗੱਡੀਆਂ ਆਈਆਂ ਫਿਰ ਇਹਨਾਂ ਨੇ ਸਾਨੂੰ ਬਾਹਰ ਆ ਕੇ ਮਿੰਨਤਾਂ ਤਰਲੇ ਕੀਤੇ ਕਦੀ ਕਹਿ ਦਿੰਦੇ ਸੀ ਸਾਨੂੰ ਲਿਖਣਾ ਹੁਣ ਦੀਦਾ ਨਹੀਂ ਰਾਤ ਨੂੰ ਕੁੜੀ ਨੂੰ ਇੱਕ ਸੀਗੀ ਮੁਲਾਜ਼ਮ ਸੀਗੀ ਉਹਨੂੰ ਵਾਜਾਂ ਮਾਰਦੇ ਸੀਗੇ ਉਹਨੂੰ ਕਦੇ ਕਹਿ ਦਿੰਦੇ ਸੀ ਵੀ ਸਾਡਾ ਫੋਨ ਆਇਆ ਇਹਦੇ ਘਰ ਵਾਲੇ ਦਾ ਫੋਨ ਆਇਆ ਅਸੀਂ ਕਿਹਾ ਜਦੋਂ ਇਹਨੂੰ ਇੱਦਾਂ ਦਾ ਕੇਸ ਹੋਇਆ ਤਾਂ ਇਹ ਕਿਉਂ ਨਹੀਂ ਲਿਆਉਂਦੀ ਮੁੜ ਕੇ ਜਦੋਂ ਅਸੀਂ ਬਾਹਰ ਆ ਕੇ ਚੱਕਾ ਜਾਮ ਕਰਨ ਲੱਗੇ ਤਾਂ ਫਿਰ ਸਾਡਾ ਇਹਨਾਂ ਨੇ ਆ ਕੇ 4 ਥਾਣੇਦਾਰ ਆ ਕੇ ਬਾਹਰ ਮਿੰਨਤਾਂ ਤਰਲੇ ਸਾਡੇ ਕੀਤੇ ਫਿਰ ਅਸੀਂ ਜਾ ਕੇ ਇਹਨਾਂ ਦੇ ਫਿਰ ਸਾਡਾ ਪਰਚਾ ਕੱਟਿਆ ਇਹਨਾਂ ਨੇ ਲੜਕੇ ਪਰਿਵਾਰ ਵੱਲੋਂ ਕੀ ਦੱਸਿਆ ਸੀ ਕੁੜੀ ਨੇ ਦਵਾਈ ਖਾਧੀ ਹੈ ਹਾਂਜੀ ਦਵਾਈ ਤੁਹਾਨੂੰ ਲੱਗਦਾ ਕਿ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਕੁੜੀ ਨੇ ਦਵਾਈ ਨਹੀਂ ਖਾਧੀ ਦਵਾਈ ਨਹੀਂ ਖਾਧੀ ਜੀ ਇਹਨਾਂ ਨੇ ਕੁੱਟ ਮਾਰ ਕੇ ਮਾਰੀ ਇਹਨੂੰ ਨਾ ਕੁੜੀ ਜੇ ਦਵਾਈ ਖਾਧੀ ਹੋਵੇ ਕੁੜੀ ਨੇ ਉਹਦੇ ਬੁੱਲ ਕਾਲੇ ਹੋਣ ਉਹਦਾ ਸਰੀਰ ਕਾਲਾ ਹੋਵੇ ਮੈਂ ਅੰਦਰ ਜਾ ਕੇ ਆਪ ਦੇਖ ਕੇ ਆਇਆ ਵੀਰ ਜੀ ਕੋਈ ਉਹਦਾ ਬੁੱਲ ਨਹੀਂ ਕਾਲੇ ਕੋਈ ਉਹਦਾ ਸਰੀਰ ਕੀ ਲੱਗਦਾ ਤੁਹਾਨੂੰ ਕੀ ਇਹਨਾਂ ਨੇ ਕੁੱਟ ਮਾਰ ਕੇ ਮਾਰੀ ਹੈ ਉਧਰ ਇਸ ਮਾਮਲੇ ਨੂੰ ਲੈ ਕੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹਨਾਂ ਕੱਲ ਇੱਕ ਲੜਕੀ ਜਿਹੜੀ ਆ ਪਟਨੂਰਾ ਪਿੰਡ ਦੀ ਬਨਵਾਲੀਪੁਰ ਵਿਆਹੀ ਹੈਗੀ ਹੈ ਸੰਦੀਪ ਕੌਰ ਉਹਦੇ ਬ੍ਰਦਰ ਨੇ ਇੱਕ ਬਿਆਨ ਲਿਖਾਇਆ ਬਲਵੀਰ ਸਿੰਘ ਨੇ ਵੀ ਉਹ ਪਿਛਲੇ ਕਰੀਬ 13 ਸਾਲਾਂ ਤੋਂ ਇੱਥੇ ਮੈਰਿਡ ਸੀ ਅਤੇ ਦੋ ਉਹਦੇ ਬੱਚੇ ਆ ਲੜਕਾ ਅਤੇ ਲੜਕੀ ਕੱਲ੍ਹ ਉਸ ਲੜਕੀ ਨੇ ਆਪਣੇ ਘਰ ਵਾਲੇ ਤੋਂ ਆਪਣੀ ਸੱਸ ਅਤੇ ਆਪਣੀ ਨਨਾਣ ਤੋਂ ਤੰਗ ਹੋ ਕੇ ਜਿਹੜਾ ਆ ਕੁਛ ਖਾ ਲਿਆ ਅਤੇ ਬਲਵੀਰ ਸਿੰਘ ਉਹ ਲੜਕੀ ਦੇ ਬ੍ਰਦਰ ਦੇ ਬਿਆਨ ਦੇ ਆਧਾਰ 'ਤੇ ਜਿਹੜਾ 306 IPC ਦਾ ਇਹ ਮੁਕੱਦਮਾ ਦਰਜ ਕੀਤਾ ਉਹਦੇ ਲੜਕੀ ਦੇ ਸੰਦੀਪ ਕੌਰ ਦੇ ਘਰ ਵਾਲੇ ਨੂੰ ਅਤੇ ਉਹਦੀ ਸੱਸ ਨੂੰ ਦੋਵਾਂ ਨੂੰ ਉਸ ਮੁਕੱਦਮੇ 'ਚ ਅਸੀਂ ਗ੍ਰਿਫਤਾਰ ਕਰ ਲਿਆ ਇੱਕ ਉਹਦੀ ਨਨਾਣ ਹੈਗੀ ਲਖਵਿੰਦਰ ਕੌਰ ਉਹਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਆਪਸੀ ਕਲੇਸ਼ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਪੰਚਾਇਤ ਬੁਲਾਈ ਗਈ ਹੈ ਪਰ ਹਰ ਵਾਰ ਪੰਚਾਇਤ ਵੱਲੋਂ ਰਾਜ਼ੀਨਾਮਾ ਕਰਵਾ ਦਿੱਤਾ ਜਾਂਦਾ ਸੀ ਹਕੀਕਤ ਟੀਵੀ ਪੰਜਾਬੀ ਲਈ ਦਸੂਹਾ ਤੋਂ ਪ੍ਰਵੀਨ ਸੋਹਲ ਦੀ ਰਿਪੋਰਟ